ਉਧਰ ਫਾਜ਼ਿਲਕਾ ਵਿੱਚ ਵੱਖ ਵੱਖ ਕਰਮਚਾਰੀ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀਆਂ ਦੇ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਚੌਥਾ ਦਰਜਾ ਕਰਮਚਾਰੀਆਂ ਦਾ ਅਹੁਦਾ ਖਤਮ ਕਰਕੇ ਉਨ੍ਹਾਂ ਦੇ ਅਹੁਦੇ ਨੂੰ ਮਲਟੀਪਰਪਜ਼ ਵਰਕਰ ਐਲਾਨ ਦਿੱਤਾ ਹੈ, ਜਿਸ ਨਾਲ ਹਜ਼ਾਰਾਂ ਕਰਮਚਾਰੀਆਂ ਦੇ ਹੱਕ ਮਰਦੇ ਨੇ, ਜਿਸ ਕਰਕੇ ਉਨ੍ਹਾਂ ਨੇ ਇਹ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਆਲ ਇੰਡੀਆ ਫੈਡਰੇਸ਼ਨ ਵੱਲੋਂ 24 ਜੂਨ ਨੂੰ ਨਵੀਂ ਦਿੱਲੀ ਦੇ ਜੰਤਰ ਮੰਤਰ ਚੌਂਕ ਤੇ ਧਰਨਾ ਦਿੱਤਾ ਜਾਵੇਗਾ। ਸਾਡੇ ਜਿਹੜੇ ਫੂਡ ਸਪਲਾਈ ਦੇ ਪੰਨ ਗ੍ਰੇਨ ਮਹਿਕਮਾ ਵਿੱਚੇ ਬਣਾਇਆ ਗਿਆ ਹੈ, ਇਹਦੀ ਤਨਖਾਹ ਪੰਜ ਪੰਜ ਮਹੀਨੇ ਦੀ ਤਨਖਾਹਾਂ ਜੀ ਸਾਡੀਆਂ ਰੁਕੀਆਂ ਹੋਈਆਂ ਜਿਹੜੀਆਂ ਨਹੀਂ ਆ ਰਹੀਆਂ ਨੇ। ਸਾਡੀਆਂ ਮੁੱਖ ਮੰਗਾਂ ਜਿਹੜੀਆਂ ਨੇ, ਉਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ, ਇਹ ਆਲ ਇੰਡੀਆ ਕਲਾਸ 4 ਗੌਰਮੈਂਟ ਅਪਲਾਈ ਵੱਲੋਂ ਜਿਹੜਾ ਸਦਰ ਮੁਕਾਮਾਂ 'ਤੇ ਕੀਤਾ ਗਿਆ ਔਰ ਸੈਂਟਰ ਸਰਕਾਰ ਦੇ ਪੁਤਲੇ ਸਾੜੇ ਗਏ ਨੇ, ਕਿਉਂਕਿ ਜਿਹੜਾ ਦਰਜਾ 4 ਨੂੰ ਹੈ ਬੜਾ ਵੱਡਾ ਖੋਰਾ ਲਾ ਰਹੇ ਨੇ। ਜਿਸ ਤਰ੍ਹਾਂ ਕਿ 2004 ਤੋਂ ਜਿਹੜੀ ਇਹਨਾਂ ਪੈਨਸ਼ਨ ਸਕੀਮ ਬੰਦ ਕੀਤੀ ਸੀ ਉਹ, ਔਰ ਜਿਵੇਂ ਹੁਣ ਸੁਣ ਵਿੱਚ ਆਇਆ ਕਿ ਡੈਥ ਕੇਸ ਵਾਲੇ ਨੂੰ ਜਿਹੜਾ 4900 ਦਾ ਪੇਬੈਕ ਦਿੱਤਾ ਜਾਵੇਗਾ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਸਾਡਾ ਪੁਰਾਣਾ ਚੱਲਦਾ ਹੈ ਉਸ ਹਿਸਾਬ ਨਾਲ ਸਾਨੂੰ ਪੁਰਾਣੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ। ਜੀ ਕਲਾਸ 4 ਗੌਰਮੈਂਟ ਅਪਲਾਈ ਯੂਨੀਅਨ ਵੱਲੋਂ ਅਸੀਂ ਇੱਥੇ ਪੰਜਾਬ ਸਰਕਾਰ ਅਤੇ ਹਿੰਦੁਸਤਾਨ ਲੈਵਲ 'ਤੇ ਅਤੇ ਪੰਜਾਬ ਵੱਲੋਂ ਸਾਥੀ ਸੱਜਣ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਲੈਵਲ 'ਤੇ ਦਿੱਤੇ ਜਾਂਦੇ ਧਰਨੇ 'ਚ ਅਸੀਂ ਅੱਜ ਇੱਥੇ ਸ਼ਮੂਲੀਅਤ ਕੀਤੀ। ਸਾਡੀਆਂ ਮੰਗਾਂ ਜਿਹੜੀਆਂ ਨੇ, ਮੁੱਖ ਮੰਗ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ, ਕੰਟਰੀਬਿਊਟਰੀ ਪੈਨਸ਼ਨ ਨੂੰ ਖਤਮ ਕਰਨਾ ਅਤੇ ਹੋਰ ਕਈ ਜਿਵੇਂ DA ਦਾ ਏਰੀਅਰ ਅਤੇ ਪੰਜਾਬ ਸਰਕਾਰ ਜਿਹੜੀ ਨਵੀਂ ਸਰਕਾਰ ਵਾਲੇ 27,000 ਕਾਮਿਆਂ ਦਾ ਜਿਹੜਾ ਸਾਡਾ ਨੋਟੀਫਿਕੇਸ਼ਨ ਜਾਰੀ ਕਰਵਾਉਣਾ ਸੀ ਅਤੇ 2004 ਦੀ ਪੈਨਸ਼ਨ ਨੀਤੀ ਜਿਹੜੀ ਉਹਨੂੰ ਤੋੜ ਕੇ ਪੁਰਾਣੀ ਪੈਨਸ਼ਨ ਨੀਤੀ ਕੰਟਰੀਬਿਊਟਰੀ ਪੈਨਸ਼ਨ ਨੂੰ ਖਤਮ ਕਰਕੇ ਅਤੇ GPF ਵਾਲੀ ਯਾਨੀ ਕਿ ਪੁਰਾਣੀ ਪੈਨਸ਼ਨ ਨੀਤੀ ਨੂੰ ਲਾਗੂ ਕਰਨਾ ਸਾਡੇ ਮੁੱਖ ਮੰਗ। ਸਰਕਾਰ ਵੈਸੇ ਕੀ ਸਿਸਟਮ ਕੀਤਾ? ਸਰਕਾਰ ਨੇ ਸਾਨੂੰ 5 ਤਰੀਕ ਦਾ 5 ਮਈ ਦਾ ਟਾਈਮ ਦਿੱਤਾ ਹੈ, ਜਿਸ ਵਿੱਚ ਸਾਨੂੰ ਕੋਈ ਚੰਗੇ ਸਿੱਟੇ ਨਿਕਲਣ ਦੀ ਆਸ ਹੈ। ਸੈਂਟਰ ਗੌਰਮੈਂਟ ਤੋਂ ਸੈਂਟਰ ਗੌਰਮੈਂਟ ਨੇ ਜਿਹੜੀ 18,000 ਜਿਹੜੀ ਪੈਨਸ਼ਨ ਦਿੱਤੀ, 70% ਰਿਪੋਰਟ ਦਿੱਤੀ ਹੈ, ਉਹ ਸਾਡੇ ਬਿਲਕੁਲ ਠੀਕ ਨਹੀਂ, ਕਿਉਂਕਿ ਚੌਥਾ ਦਰਜਾ ਮੁਲਾਜ਼ਮ ਨੂੰ ਖਤਮ ਕਰਤਾ ਗਿਆ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਚੌਥਾ ਦਰਜਾ 70% ਦੀ ਰਿਪੋਰਟ ਦੇ ਜਿਹੜੀ 18,000 ਹੈ, ਇੱਕ ਤਾਂ ਉਹ ਤਨਖਾਹ ਬਹੁਤ ਘੱਟ ਹੈ, ਇੱਕ ਕਲਾਸ 4 ਜਿਹੜਾ ਡੀਲਿੰਗ ਕੀਤਾ ਗਿਆ ਉਸ ਨੂੰ ਦੁਬਾਰਾ ਕਲਾਸ 4 ਦੇ ਨਾਂ ਤੇ ਦੁਬਾਰਾ ਚਲਾ ਦਿੱਤਾ। ਇੱਥੇ ਵੇਲਾ ਹੋ ਚੁੱਕਾ ਇੱਕ ਹੋਰ ਛੋਟੇ ਜਿਹਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ।